ਆਪਣਾ ਜਸਪੀ ਸਿੰਘ ਟਾਨੀ ਐਟ ਲਾਅ, ਭਾਈ ਅੰਮ੍ਰਿਤਪਾਲ ਸਿੰਘ ਜੀ ਜਿਹੜੇ ਕਿ ਹੁਣੇ ਹੁਣੇ ਖਡੂਰ ਸਾਹਿਬ ਪਾਰਲੀਮੈਂਟਰੀ ਕੰਸਟੀਚੁਐਂਸੀ ਤੋਂ ਜਿੱਤੇ ਨੇ, ਅਤੇ ਉਹਨਾਂ ਦੀ ਜਿਹੜੀ ਜਿੱਤ ਹੈ ਉਹ ਲੈਂਡਸਲਾਈਡ ਵਿਕਟਰੀ ਹੋਈ ਆ। ਇੰਡੀਪੈਂਡੈਂਟ ਕੈਂਡੀਡੇਟ ਸੀਗੇ ਅਤੇ ਜੇਲ੍ਹ ਦੇ ਵਿੱਚੋਂ ਹੀ ਉਹਨਾਂ ਨੇ ਇਲੈਕਸ਼ਨ ਲੜੀ, ਅਤੇ ਉਹਨਾਂ ਦਾ ਜਿਹੜਾ ਰਿਹਾਈ ਦਾ ਮਸਲਾ ਹੈਗਾ ਉਹ ਅਸੀਂ ਅਮੈਰੀਕਨ ਗਵਰਨਮੈਂਟ ਨਾਲ ਟੇਕ ਅਪ ਕੀਤਾ। ਅਮਰੀਕਾ ਦੇ ਜਿਹੜੇ ਵੇਰੀਅਸ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਨੂੰ ਅਸੀਂ ਰੈਪ੍ਰਜੈਂਟ ਕਰਦੇ ਹਾਂ ਇਮੀਗ੍ਰੇਸ਼ਨ ਦੇ ਮੈਟਰਸ ਦੇ ਵਿੱਚ ਪਹਿਲਾਂ ਹੀ, ਉਹਨਾਂ ਦੇ ਕਹਿਣ 'ਤੇ, ਅਮਰੀਕਾ ਦੀਆਂ ਸਿੱਖ ਸੰਗਤਾਂ ਦੇ ਕਹਿਣ 'ਤੇ। ਸਾਡਾ ਆਪਣਾ ਲੰਬਾ ਚੌੜਾ ਅਮੈਰੀਕਾ ਦੇ ਵਿੱਚ ਕਲਾਇੰਟ ਬੇਸ ਹੈ। ਇਸ ਟਾਈਮ 'ਤੇ ਅਸੀਂ ਤਕਰੀਬਨ 6500 ਤੋਂ ਉੱਤੇ ਕਲਾਇੰਟਾਂ ਦੇ ਕੇਸ ਸਾਡੇ ਕੋਲ ਚੱਲ ਰਹੇ ਨੇ, ਅਤੇ ਤਕਰੀਬਨ ਪਿਛਲੇ 25 ਸਾਲਾਂ ਦੇ ਵਿੱਚ 8000 ਤੋਂ ਉੱਪਰ ਸਾਡਾ ਇੱਥੇ ਜਿਹੜੇ ਹੈਗੇ ਨੇ ਉਹ ਕੇਸ ਪਾਸ ਹੋਏ ਨੇ। ਸੋ ਉਹਨਾਂ ਦੇ ਵਿੱਚੋਂ ਬਹੁਤ ਜ਼ਿਆਦਾ ਲੋਕਾਂ ਦੀ ਓਵਰਵੈਲਮਿੰਗ ਮੈਨੂੰ ਡਿਮਾਂਡ ਸੀਗੀ ਕਿ ਤੁਸੀਂ ਅਮੈਰੀਕਨ ਲੀਡਰਸ਼ਿਪ ਦੇ ਨਾਲ ਇਹ ਮਸਲਾ ਟੇਕ ਅਪ ਕਰੋ, ਅਤੇ ਉਹਨਾਂ ਦੇ ਕਹਿਣ 'ਤੇ ਸਾਰਿਆਂ ਦੇ ਮੈਂ ਜਿਹੜਾ ਹੈਗਾ ਇਹ ਮਸਲਾ ਅਮੈਰੀਕਨ ਗਵਰਨਮੈਂਟ ਨਾਲ, ਅਮੈਰੀਕਾ ਦੇ ਲੀਡਰ ਨਾਲ ਟੇਕ ਅਪ ਕੀਤਾ। ਜਿਹੜੇ ਮੇਰੇ ਸੋਸ਼ਲ ਮੀਡੀਆ ਅਕਾਊਂਟਸ ਦੇਖਦੇ ਨੇ ਸਾਰਿਆਂ ਨੂੰ ਪਤਾ ਹੀ ਆ ਕਿ ਮੈਂ ਅਕਸਰ ਅਮੈਰੀਕਾ ਦੇ ਲੀਡਰਸ ਨੂੰ ਮਿਲਦਾ ਰਹਿੰਦਾ, ਅਤੇ ਉਹਨਾਂ ਨੂੰ ਮਿਲ ਕੇ ਜਿਹੜੇ ਇਮੀਗ੍ਰੇਸ਼ਨ ਦੇ ਇਸ਼ੂਜ਼ ਹੁੰਦੇ ਨੇ ਜਾਂ ਸਾਡੇ ਜਿਹੜੇ ਅਮੈਰੀਕਾ ਦੇ ਵਿੱਚ ਹੇਟ ਕ੍ਰਾਈਮ ਵਗੈਰਾ ਜਾਂ ਇਸ ਕਿਸਮ ਦੇ ਇਸ਼ੂਜ਼ ਨੇ, ਉਹ ਮੈਂ ਰੇਜ਼ ਕਰਦਾ। ਪਹਿਲੀ ਵਾਰੀ ਆ ਕਿ ਮੈਂ ਇਹ ਮਸਲਾ ਜਿਹੜਾ ਹੈਗਾ ਉਹ ਜਿਹਦਾ ਸੰਬੰਧ ਇੰਡੀਆ ਨਾਲ ਆ ਉਹ ਮੈਂ ਉਹਨਾਂ ਦੇ ਨਾਲ ਟੇਕ ਅਪ ਕਰ ਰਿਹਾ। ਇਸ ਸਿਲਸਿਲੇ ਦੇ ਵਿੱਚ ਅਮੈਰੀਕਾ ਦੇ ਜਿਹੜੇ ਆਨਰੇਬਲ ਵਾਈਸ ਪ੍ਰੈਜੀਡੈਂਟ ਨੇ ਕਮਲਾ ਹੈਰਿਸ, ਉਹਨਾਂ ਨਾਲ ਮੇਰੀ ਗੱਲ ਹੋਈ ਆ, ਉਹਨਾਂ ਦੇ ਆਫਿਸ ਨਾਲ ਕਮਿਊਨੀਕੇਸ਼ਨ ਵੀ ਹੋਇਆ, ਅਤੇ ਸ਼ੀ ਵਾਜ਼ ਵੈਰੀ ਕਾਇੰਡ ਕਿ ਉਹਨਾਂ ਨੇ ਇਸ 'ਤੇ ਆਪਣਾ ਧਿਆਨ ਦਿੱਤਾ ਹੈ। ਅਤੇ ਮੈਨੂੰ ਉਹ ਪਹਿਲਾਂ ਵੀ ਬੜੀ ਚੰਗੀ ਤਰ੍ਹਾਂ ਜਾਣਦੇ ਨੇ, ਮੇਰੇ ਉਹਨਾਂ ਨਾਲ ਬੜੇ ਚੰਗੇ ਤਲਕਾਤ ਨੇ, ਅਤੇ ਅੱਗੇ ਵੀ ਮੈਂ ਉਹਨਾਂ ਨੂੰ ਆਪ 2-3 ਮਹੀਨਿਆਂ 'ਚ 2 ਵਾਰੀ ਮਿਲ ਚੁੱਕਾ, ਪਰ ਉਹਦੇ 'ਚ ਮੈਂ ਤਕਰੀਬਨ ਜਿਹੜੇ ਇਮੀਗ੍ਰੇਸ਼ਨ ਦੇ ਇਸ਼ੂਜ਼ ਵਗੈਰਾ ਸੀ ਉਹ ਉਹਨਾਂ ਨਾਲ ਗੱਲਬਾਤ ਕੀਤੀ। ਐਤਕੀ ਮੈਂ ਉਹਨਾਂ ਨਾਲ ਗੱਲ ਕੀਤੀ ਆ, ਅਤੇ ਉਹਨਾਂ ਨੇ ਮੈਨੂੰ ਉਹਨਾਂ ਦੇ ਆਫਿਸ ਦੇ ਵਿੱਚ ਆਉਣ ਦਾ ਟਾਈਮ ਦਿੱਤਾ ਜੀ, ਇਹ ਆ ਜੂਨ 11 ਟਿਊਜ਼ਡੇ, ਉਦੋਂ ਮੇਰੀ ਮੁਲਾਕਾਤ ਹੋਣੀ ਆ ਉਹਨਾਂ ਦੇ ਆਫਿਸ ਦੇ ਵਿੱਚ ਉਹਨਾਂ ਦੇ ਜਿਹੜੇ ਸਟਾਫ ਦੇ ਨਾਲ ਉਹਨੂੰ ਫੋਲੋਅਪ ਕਰਨ ਲਈ। ਅਤੇ ਮੈਡਮ ਨੇ ਉਹਨਾਂ ਨੂੰ ਇੰਸਟਰਕਟ ਕੀਤਾ ਕਿ ਇਹਦੇ 'ਤੇ ਜੋ ਵੀ ਲੋੜੀਂਦਾ ਕਾਰਵਾਈ ਆ ਉਹ ਕਰੋ, ਅਤੇ ਉਹਨਾਂ ਨਾਲ ਮੇਰੀ ਗੱਲਬਾਤ ਹੋਊਗੀ, ਪਹਿਲਾਂ ਉਹ ਸੁਣਨਗੇ ਵੀ ਕੀ ਮਸਲਾ, ਅਤੇ ਫਿਰ ਅੱਗੇ ਜਿਹੜੀ ਅਮੈਰੀਕਾ ਸਰਕਾਰ ਆ ਉਹਨੂੰ ਅਸੀਂ ਕਹਾਂਗੇ ਵਿੱਚ ਇੰਟਰਫੀਅਰ ਕਰੇ। ਇਹਦੇ ਨਾਲ ਨਾਲ 7 ਤਰੀਕ ਨੂੰ ਆ ਫਰਾਈਡੇ ਨੂੰ ਨਿਊ ਜਰਸੀ ਦੇ ਸੈਂਟਰ ਨੇ ਕੋਰੀ ਬੁੱਕਰ, ਜਿਹੜੇ ਕਿ ਉਹ ਵੀ ਮੇਰੇ ਬੜੇ ਮਿੱਤਰ ਨੇ, ਉਹਨਾਂ ਨਾਲ ਮੇਰੀ ਮੁਲਾਕਾਤ ਨਿਊ ਜਰਸੀ ਹੋਈ, ਅਤੇ ਉਹਨਾਂ ਨਾਲ ਮੈਂ ਇਹ ਸਾਰਾ ਇਸ਼ੂ ਡਿਸਕਸ ਕੀਤਾ। ਉਹਨਾਂ ਨੂੰ ਮੈਂ ਇੱਕ ਰਿਟਨ ਲੈਟਰ, ਮੈਂ ਵਾਈਸ ਪ੍ਰੈਜੀਡੈਂਟ ਨੂੰ ਵੀ ਇੱਕ ਜਿਹੜਾ ਲਿਖਤੀ ਲੈਟਰ ਦਿੱਤਾ, ਅਤੇ ਇਹਨਾਂ ਸੈਨੇਟਰਾਂ ਨੂੰ ਵੀ ਲਿਖਤੀ ਲੈਟਰ ਭੇਜੇ ਨੇ ਸਾਰੀ ਸਿਚੁਏਸ਼ਨ ਦੱਸ ਕੇ, ਅਤੇ ਉਹਨਾਂ ਨੇ ਵੀ ਇਹ ਮੈਟਰ ਜਿਹੜਾ ਉਹ ਟੇਕ ਅਪ ਕਰਨ ਦੀ ਜਿਹੜੀ ਆ ਉਹ ਗੱਲ ਕਹੀ ਆ। ਅਤੇ ਉਹਨਾਂ ਦੇ ਨਾਲ ਨਾਲ ਸੈਨੇਟਰ ਜੈਕਲਿਨ ਰੋਜ਼ਨ ਜਿਹੜੇ ਕਿ ਨਵਾਡਾ ਤੋਂ ਸੈਂਟਰ ਨੇ, ਉਹਨਾਂ ਨਾਲ ਮੇਰੀ ਮੁਲਾਕਾਤ ਹੋਈ। ਅਤੇ ਹੁਣ ਜਿਹੜੇ ਅਸੀਂ 11 ਨੂੰ ਜਿਹੜਾ ਮੈਂ ਵਾਸ਼ਿੰਗਟਨ ਡੀ ਸੀ ਜਾਣਾ, ਉੱਥੇ ਕਾਫੀ ਅਮੈਰੀਕਾ ਦੇ ਲੀਡਰਸ ਨਾਲ ਮੀਟਿੰਗਸ ਮੇਰੀਆਂ ਲਾਈਨਡ ਅਪ ਨੇ ਇਸ ਇਸ਼ੂ ਦੇ ਉੱਤੇ, ਅਤੇ ਇਹ ਮੇਰੀ ਲਾਅ ਫਰਮ ਨੇ ਡੀਪਲੀ ਸਟੱਡੀ ਕੀਤਾ। ਤੁਹਾਨੂੰ ਪਤਾ ਹੀ ਆ ਕਿ ਜਿਹੜੀ ਮੇਰੀ ਲਾਅ ਫਰਮ ਹੈ ਕਈ ਸਟੇਟਾਂ ਦੇ ਵਿੱਚ, ਅਮੈਰੀਕਾ ਦੇ ਵਿੱਚ ਸਾਡੇ ਦਫ਼ਤਰ ਨੇ, ਅਤੇ ਮੇਰੇ ਕੋਲ ਓਵਰ 15 ਅਟਰਨੀਜ਼ ਦੀ, ਸੋਸ਼ੀਅਲ ਅਟਰਨੀਜ਼ ਦੀ ਟੀਮ ਹੈ ਸਾਡੀ, ਅਸੀਂ ਇਹ ਮੈਟਰ ਸਟੱਡੀ ਕੀਤਾ। ਅਤੇ ਸਾਨੂੰ ਇਹ ਲੱਗਦਾ ਵੀ ਇਹ 'ਚ ਹਿਊਮਨ ਰਾਈਟ ਵਾਇਲੇਸ਼ਨ ਆ, ਕਿਉਂਕਿ ਜਿਸ ਮਤਲਬ ਕਿਸਮ ਦੇ ਕ੍ਰਾਈਮ ਥੱਲੇ ਜਾਂ ਜਿਹੜਾ ਉਹਨਾਂ ਦੇ ਜਿਹੜਾ ਐਕਟ ਲਾਇਆ ਗਿਆ ਉਹ ਜਿਹੜਾ ਐਕਟ ਆ ਉਹ ਜਿਸ ਕਿਸਮ ਦਾ ਇਹਨਾਂ ਦਾ ਕੰਡਕਟ ਆ ਉਹ ਵਾਰੰਟ ਨਹੀਂ ਕਰਦਾ। ਜਿਵੇਂ ਲਾਅ ਦੇ ਵਿੱਚ ਇੱਕ ਪ੍ਰਿੰਸੀਪਲ ਹੁੰਦਾ ਕਿ ਜਿਹੜੀ ਪਨਿਸ਼ਮੈਂਟ ਸ਼ੁੱਡ ਬੀ ਇਕੁਅਲ ਟੂ ਦਾ ਕ੍ਰਾਈਮ, ਸੋ ਇਹਦੇ ਵਿੱਚ ਜਿਹੜਾ ਕ੍ਰਾਈਮ ਆ ਉਹ ਇਸ ਕਿਸਮ ਦਾ ਨਹੀਂ ਕਿ ਜਿੱਦਾਂ ਦੀ ਪਨਿਸ਼ਮੈਂਟ ਇਹਨਾਂ ਨੂੰ ਅਤੇ ਇਹਨਾਂ ਦੇ ਸਾਥੀਆਂ ਨੂੰ ਦਿੱਤੀ ਗਈ ਆ। ਹੁਣ NSA ਦੇ ਅੰਡਰ ਸਾਲ ਤਕਰੀਬਨ ਜਿਹੜੀ ਜ਼ਮਾਨਤ ਨਹੀਂ ਹੁੰਦੀ, ਅਤੇ ਇਹਨਾਂ ਨੂੰ ਓਵਰ ਸਾਲ ਤੋਂ ਉੱਤੇ ਤਾਂ ਉੱਦਾਂ ਹੀ ਹੋ ਗਿਆ, ਕੋਈ ਟ੍ਰਾਇਲ ਨਹੀਂ ਕੁਛ ਨਹੀਂ, ਅਤੇ ਉਹ ਅੱਗੇ ਟਾਈਮ ਵਧਾਈ ਜਾਂਦੇ। ਜਿਹੜੇ ਨਾਲ ਦੇ ਇਹਨਾਂ ਦੇ ਬੰਦੇ ਨੇ ਉਹ ਵੀ ਇਸੇ ਤਰ੍ਹਾਂ ਹੀ ਆ, ਸੀਰੀਅਸ ਹਿਊਮਨ ਰਾਈਟ ਵਾਇਲੇਸ਼ਨ ਦਾ ਇਸ਼ੂ ਆ। ਅਤੇ ਇਹ ਇਸ਼ੂ ਜਿਹੜਾ ਹੈਗਾ ਉਹ ਅਸੀਂ ਹਿਊਮਨ ਰਾਈਟ ਦੇ ਐਂਗਲ ਤੋਂ
ਅਮੈਰੀਕਾ ਸਰਕਾਰ ਦੇ ਨਾਲ ਟੇਕਅਪ ਕੀਤਾ। ਆਉਂਦੇ ਦਿਨਾਂ ਵਿੱਚ ਇਹ ਇਸ਼ੂ ਜਿਹੜਾ ਤਕਰੀਬਨ ਅਮੈਰੀਕਾ ਦੇ ਜ਼ਿਆਦਾ ਸੈਂਟਰਾਂ ਦੇ ਕਾਂਗਰਸਮੈਨਾਂ ਦੇ ਨਾਲ ਗੱਲ ਕਰਕੇ ਅਤੇ ਇਹਨੂੰ ਕੋਸ਼ਿਸ਼ ਕਰਾਂਗੇ ਰਿਜ਼ੋਲਵ ਕਰਨ ਦੀ। ਅਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਤੁਸੀਂ ਗਵਰਨਮੈਂਟ ਆਫ ਇੰਡੀਆ 'ਤੇ ਜਿਹੜਾ ਉਹ ਪ੍ਰੈਸ਼ਰ ਪਾਓ ਕਿ ਕਿਉਂਕਿ ਇਹਨਾਂ ਨੂੰ ਹੁਣ ਲੋਕਾਂ ਨੇ ਇੰਨੀ ਭਾਰੀ ਬਹੁਮਤਨਾ ਜਿਤਾਇਆ, ਇਹਨਾਂ ਨੂੰ ਰਿਲੀਜ਼ ਕੀਤਾ ਜਾਵੇ, ਇਹ ਐਜ਼ ਏ ਮੈਂਬਰ ਪਾਰਲੀਮੈਂਟ ਆਪਣੀਆਂ ਡਿਊਟੀਆਂ ਜਿਹੜੀਆਂ ਨੇ ਉਹ ਕੈਰੀ ਆਨ ਕਰ ਸਕਣ, ਐੱਨ ਐੱਸ ਏ ਹਟਾਈ ਜਾਵੇ, ਕਿਉਂਕਿ ਐੱਨ ਐੱਸ ਏ ਦੀ ਕੋਈ ਤੁੱਕ ਹੀ ਨਹੀਂ ਬਣਦੀ ਜਦੋਂ ਉਹਨਾਂ ਨੇ ਇਲੈਕਸ਼ਨ ਹੀ ਲੜ ਲਈ ਜਿਹੜਾ ਸੰਵਿਧਾਨ ਦੇ ਇੰਡੀਆ ਨੂੰ ਅਲੀਜੈਂਸ ਦੇ ਕੇ ਸਹੁੰ ਚੱਕ ਕੇ, ਅਤੇ ਉਹਨਾਂ ਦੇ ਐੱਨ ਐੱਸ ਏ ਲਾਉਣ ਦਾ ਕੋਈ ਮਤਲਬ ਨਹੀਂ ਆ। ਅਤੇ ਜਿਹੜੀ ਉਹਨਾਂ ਦੀ ਡਿਟੈਨਸ਼ਨ ਆ ਉਹਨੂੰ ਜਿਹੜੇ ਅਮੈਰੀਕਾ ਦੇ ਜਿਹੜੇ ਇੱਥੇ ਸਿੱਖ ਨੇ ਉਹ ਇਹ ਸਮਝਦੇ ਨੇ ਵੀ ਬਹੁਤ ਜ਼ਿਆਦਾ ਧੱਕਾ ਹੋਇਆ, ਇਹ ਗੈਰ ਕਾਨੂੰਨੀ ਆ ਅਤੇ ਨਾਲ ਦੀ ਨਾਲ ਇਹ ਹਿਊਮਨ ਰਾਈਟ ਦੀ ਵਾਇਲੇਸ਼ਨ। ਅੰਮ੍ਰਿਤਪਾਲ ਸਿੰਘ ਖਾਲਸਾ ਕੀ ਰਿਹਾਈ ਜੋ ਹੋਣੇ ਵਾਲੀ ਹੈ ਉਸਕੋ ਲੇਕਰ ਰੋਜ਼ ਨਈ ਸੇ ਨਈ ਖਬਰੇ ਸਾਹਮਣੇ ਆ ਰਹੀ ਹੈ। ਦੇਖੋ ਪਹਿਲੇ ਐਗਜਿਟ ਪੋਲ ਆਤੇ ਥੇ ਸਰਕਾਰ ਕਿਸਕੀ ਬਨੇਗੀ ਕਿਸਕੀ ਨਹੀਂ ਬਨੇਗੀ, ਲੇਕਿਨ ਆਜ ਕਲ ਹਮ ਸਭੀ ਕੋ ਪਤਾ ਹੈ ਕਿ ਅਭੀ ਤੱਕ ਪੂਰਨ ਰੂਪ ਸੇ ਸਰਕਾਰ ਬਨੀ ਨਹੀਂ। ਨਿਤਿਸ਼ ਗੁੱਟ ਅਲੱਗ ਜਾ ਰਹਾ ਹੈ ਔਰ ਸ਼ਿੰਦੇ ਗੁੱਟ ਅਲੱਗ ਜਾ ਰਹਾ ਹੈ ਔਰ ਇੱਕ ਤੀਸਰੇ ਭਾਈ ਸਾਹਿਬ ਹੈ ਜੋ ਉਹ ਆਪਣਾ ਅਲੱਗ ਜਾ ਰਹੇ ਹੈ। ਐਸੇ ਮੇਂ ਸਰਕਾਰ ਟੁੱਟਣੇ ਕੇ ਉੱਪਰ ਆਈ ਪੜੀ ਹੈ, ਕੋਈ ਨਾ ਕੋਈ ਮੰਤਰੀ ਰੋਜ਼ ਹੀ ਰੂਠ ਜਾਤਾ ਹੈ ਔਰ ਇਧਰ ਬਿੱਟੂ ਕੋ ਉਹਨਾਂ ਨੇ ਇੱਕ ਪ੍ਰਧਾਨਗੀ ਦੇਕਰ ਪੰਜਾਬ ਵਾਪਿਸ ਭੇਜ ਦਿਆ। ਦੇਖੋ ਪੰਜਾਬ ਸੇ ਜਾਂ ਜਾਂ ਮੈਂ ਐਸਾ ਕਹੂੰ ਕਿ ਦੇਸ਼ ਕੇ ਅੰਦਰ ਹਰੇ ਲੋਕੋ ਕੋ ਮੰਤਰੀ ਕੈਸੇ ਬਣਾਇਆ ਜਾਤਾ ਹੈ, ਸਿਰਫ ਉਨਕੋ ਸਟੇਟ ਮੰਤਰੀ ਰਾਜ ਮੰਤਰੀ ਬਣਾ ਦਿਆ ਜਾਤਾ ਹੈ। ਅਬ ਆਪ ਸੋਚੋ ਕਿ ਹਮਾਰੇ ਦੇਸ਼ ਕੇ ਅੰਦਰ ਕਿਤਨੀ ਅਨੇਰ ਗਰਦੀ ਚੱਲ ਰਹੀ ਹੈ ਔਰ ਐਸੇ ਕੇ ਅੰਦਰ ਰਵਨੀਤ ਬਿੱਟੂ ਕੋ ਵੀ ਮੰਤਰੀ ਬਣਾ ਦਿਆ, ਲੇਕਿਨ ਜੋ ਵਿਅਕਤੀ ਜੀਤਾ ਹੁਆ ਹੈ 2 ਲੱਖ ਵੋਟੋਂ ਸੇ ਜੀਤਾ ਹੁਆ ਹੈ, ਸਬਸੇ ਜ਼ਿਆਦਾ ਪੰਜਾਬ ਕੇ ਅੰਦਰ ਰੇਸ਼ੋ ਕਿਸਕੀ ਥੀ, ਸਬਸੇ ਜ਼ਿਆਦਾ ਵੋਟ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਕੋ ਪੜੇ, ਜਿਤਨੀ ਵੋਟੋਂ ਸੇ ਵੋ ਲੀਡ ਕਰਕੇ ਜੀਤੇ, ਤਕਰੀਬਨ 2 ਲੱਖ ਵੋਟ, 1,97,100+, 38% ਵੋਟ ਸੇ ਵੋ ਵਹਾਂ ਪਰ ਲੀਡ ਕਰ ਚੁੱਕੇ ਪੰਜਾਬ ਕੇ ਅੰਦਰ। ਅਗਰ ਉਸਕੀ ਗਿਣਤੀ ਕੀ ਗਈ ਤੋ 38% ਵੋਟ ਸ਼ੇਅਰ ਇੱਕ ਬੰਦੇ ਕੋ ਜੋ ਸਬਸੇ ਜ਼ਿਆਦਾ ਪੜਾ ਥਾ ਵੋ ਥਾ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ, ਔਰ ਐਸੇ ਮੇਂ ਉਸ ਬੰਦੇ ਕੋ ਐਨਐਸਏ ਲਗਾਕਰ ਜੇਲ ਕੇ ਅੰਦਰ ਬੰਦ ਕੀਆ ਹੁਆ ਹੈ। ਤੋ ਐਸੇ ਮੇਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਕੀ ਰਿਹਾਈ ਕੀ ਜੋ ਬਾਤ ਚਲੀ ਹੈ ਵੋ ਅਮੈਰੀਕਾ ਕੇ ਅੰਦਰ ਚਲ ਪੜੀ। ਅਬ ਅਮੈਰੀਕਾ ਸੀਧਾ ਇਸ ਜੰਗ ਕੇ ਅੰਦਰ ਕੂਦਨੇ ਵਾਲਾ ਹੈ। ਅਮੈਰੀਕਾ ਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਕੋ ਅਮੈਰੀਕਾ ਕੇ ਵਕੀਲ ਮਿਲੇ ਹੈ। ਵਕੀਲ ਭਾਈਓ ਨੇ, ਸਿੱਖ ਵਕੀਲੋ ਨੇ ਅਮੈਰੀਕਾ ਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਕੇ ਨੋਟ ਕੇ ਅੰਦਰ ਲੇਕਰ ਆਏ। ਉਹਨੇ ਕਿਹਾ ਕਿ ਹਮਾਰੇ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜੇਲ ਕੇ ਅੰਦਰ ਬੰਦ ਹੈ, 1 ਸਾਲ ਸੇ ਅਧਿਕ ਹੋ ਚੁੱਕਾ ਹੈ, ਐਨਐਸਏ ਖਤਮ ਨਹੀਂ ਹੁਆ ਔਰ ਇਸ ਸਮੇਂ ਵੋ ਸਿਟਿੰਗ ਐਮਪੀ ਹੈ, ਯਾਨੀ ਕਿ ਐਮਪੀ ਕਾ ਇਲੈਕਸ਼ਨ ਜਿੱਤ ਚੁੱਕੇ, ਲੇਕਿਨ ਸਰਕਾਰ ਫਿਰ ਵੀ ਉਨਕੋ ਬਾਹਰ ਨਹੀਂ ਨਿਕਾਲ ਰਹੀ ਔਰ ਖੁਦ ਇਹਨੋਨੇ ਕਸਮੇ ਵੀ ਖਾ ਲਈ ਹੈ ਆਪਣੇ ਆਪਣੇ ਮੰਤਰੀ ਪਦ ਕੀ। ਔਰ ਦੂਸਰੀ ਤਰਫ ਹਾਰੇ ਹੋਏ MLA MPs ਕੋ ਦਿੱਲੀ ਮੇਂ ਬੁਲਾਕਰ ਉਸਕਾ ਟੀਕਾ ਕੀਆ ਜਾਤਾ ਹੈ, ਉਸਕਾ ਰਾਜ ਤਿਲਕ ਕੀਆ ਜਾਤਾ ਹੈ ਔਰ ਉਸਕੋ ਪੰਜਾਬ ਭੇਜਾ ਜਾਤਾ ਹੈ। ਜੋ ਵੀ ਸਿੱਖੋਂ ਕੇ ਖਿਲਾਫ ਸਬਸੇ ਜ਼ਿਆਦਾ ਬੋਲਤਾ ਹੈ, ਉਨਕੇ ਸਾਥ ਜੋ ਸੰਬੰਧ ਰੱਖਤਾ ਹੈ, ਹਮੇਸ਼ਾ ਹੀ ਮੌਕੇ ਕੀ ਸਰਕਾਰ ਉਨਕੋ ਵਜ਼ੀਰੀਆਂ ਸੌਂਪਦੀ ਹੈ, ਜਿਸਕੋ ਤਬਾਹ ਕਰਨਾ ਹੋਤਾ ਹੈ BJP ਵਾਲੇ ਉਸੀ ਕੋ ਕੋਈ ਨਾ ਕੋਈ ਸੀਟ ਦੇ ਦੇਤੇ ਹੈ ਔਰ ਐਸੇ ਮੇਂ ਰਵਨੀਤ ਬਿੱਟੂ ਕੋ ਦੇ ਦੀ ਅਗਲੇ 5 ਸਾਲੋਂ ਬਾਅਦ ਵੋ ਇਸਕੋ ਖਤਮ ਕਰਕੇ ਯੂਜ਼ ਐਂਡ ਥਰੋ ਕਰ। ਲੇਕਿਨ ਅੰਮ੍ਰਿਤਪਾਲ ਸਿੰਘ ਖਾਲਸਾ ਕੇ ਕੇਸ ਕੇ ਅੰਦਰ ਅਬ ਅਮੈਰੀਕਾ ਕੇ ਉਪ ਰਾਸ਼ਟਰਪਤੀ ਨੇ ਬੋਲਾ ਕਿ ਹਮਸੇ ਜੋ ਵੀ ਹੋਗਾ ਇਸ ਮਾਮਲੇ ਕੇ ਅੰਦਰ ਹਮ ਕਰੇਂਗੇ, ਸਰਕਾਰ ਸੇ ਵੀ ਹਮ ਬਾਤ ਕਰੇਂਗੇ ਔਰ ਆਪਣੇ ਤੌਰ ਕੇ ਉਪਰ ਹਮਸੇ ਜੋ ਬਣ ਪਾਏਗਾ ਇਸ ਮਾਮਲੇ ਕੇ ਅੰਦਰ ਹਮ ਉਤਨੀ ਹੀ ਜਲਦੀ ਇਸ ਮਾਮਲੇ ਕੋ ਨਿਪਟਾਏਂਗੇ। ਮਤਲਬ ਕਮਲਾ ਹੈਰਿਸ ਨੇ ਇਹ ਆਸ਼ਵਾਸਨ ਦੇ ਦਿਆ ਹੈ ਕਿ ਹਮ ਭਾਈ ਅੰਮ੍ਰਿਤਪਾਲ ਸਿੰਘ ਜੀ ਕੇ ਕੇਸ ਕੋ ਸਰਕਾਰ ਕੇ ਸਾਥ ਡਿਸਕਸ ਕਰੇਂਗੇ, ਆਪਣੀ ਪਾਰਲੀਮੈਂਟ ਕੇ ਅੰਦਰ ਵੀ ਅਬ ਵੋ ਡਿਸਕਸ ਕਰੇਂਗੇ ਔਰ ਉਸਕੇ ਬਾਅਦ ਭਾਰਤ ਸਰਕਾਰ ਕੋ
वो लिखेंगे, डायरेक्टली कॉल करेंगे, क्या करेंगे, और उसके बाद भाई अमृतपाल सिंह खालसा जी की जुलाई महीने के अंदर रिहाई होगी। तो दोस्तों ये वो रोड प्लान है भाई अमृतपाल सिंह खालसा के लिए। अमेरिका के अंदर भी उनके लिए डिमांड की जा रही है कि उनको अब जेल से बाहर लाया जाए, क्योंकि एनएसए उनका एक साल का पहले खत्म हो चुका था, 3 महीने का फिर से उनके ऊपर बढ़ा दिया गया था। और इसके अलावा इस समय भाई अमृतपाल सिंह खालसा लोगों के लिए लोकप्रिय बने हुए हैं, फिर भी सरकार उनसे डरती है, क्योंकि एक सच्चे व्यक्ति से सरकार हमेशा डरती है। तो ये वो दोनों ही खबरें थी, बहुत इंपॉर्टेंट खबर थी कामरान अकमल वाली, उसने सिखों से माफी मांगी सिखों के 12 बजे कहने के बाद, और दूसरा था रवनीत बिट्टू को वजीरियां दी जा रही है दिल्ली के अंदर बुलाकर। तो दोस्तों मिलेंगे नए वीडियो के अंदर, वाहेगुरु जी का खालसा, वाहेगुरु जी की फतेह। चलते चलते आप सभी से विनती की इस वीडियो को लाइक शेयर और कमेंट जरूर करना।